ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਭ ਦਾ ਸਵਾਗਤ ਹੈ ਕਰਨ ਮਾਡਲ ਮੇਕਰ ਚੈਨਲ 'ਤੇ। ਅੱਜ ਦੀ ਵੀਡੀਓ ਕਾਫੀ ਲੰਬੀ ਹੈ, ਸੋ ਇਸ ਨੂੰ ਪੂਰਾ ਦੇਖਣਾ, ਸਕਿੱਪ ਨਾ ਕਰਨਾ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਏਗੀ। ਇਸ ਵੀਡੀਓ ਨੂੰ ਬਣਾਉਣ 'ਤੇ ਕਾਫੀ ਮਿਹਨਤ ਲੱਗੀ ਹੈ, ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਮੇਰਾ ਚੈਨਲ ਗਰੋ ਕਰ ਸਕੇ ਅਤੇ ਮੈਂ ਤੁਹਾਡੇ ਲਈ ਹੋਰ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਂਦਾ ਰਹਾਂ। ਚਲੋ ਹੁਣ ਦੇਖਦੇ ਹਾਂ ਵੀਡੀਓ, ਤੁਸੀਂ ਇੰਜੋਏ ਕਰੋ ਇਸ ਵੀਡੀਓ ਨੂੰ ਅਤੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੋ। ਪਹਿਲਾਂ ਤਾਂ ਇਸ ਟਰਾਲੀ ਨੂੰ ਭਰਨ ਦੇ ਲਈ ਆਪਾਂ ਇੱਕ ਖੱਡਾ ਲਗਾਇਆ, ਇਸ ਦੇ ਉੱਪਰ ਕਿਕਰਾਏ ਨਾਲ ਮਿੱਟੀ ਪਾ ਕੇ ਅਤੇ ਆਪਾਂ ਟਰਾਲੀ ਭਰ ਸਕੀਏ। ਪਹਿਲਾਂ ਪਿੰਡਾਂ ਦੇ ਵਿੱਚ ਇਹ ਚੀਜ਼ ਬਹੁਤ ਕੋਮਨ ਦੇਖਣ ਨੂੰ ਮਿਲਦੀ ਸੀ, ਜ਼ਮੀਨ ਨੀਵੀਂ ਕਰਨ ਲਈ ਜਾਂ ਮਿੱਟੀ ਚੁਕਵਾਉਣ ਲਈ, ਪਰ ਅੱਜ ਕੱਲ੍ਹ ਜੇ ਸੀ ਬੀ ਦੇ ਆਉਣ ਤੋਂ ਬਾਅਦ ਇਹ ਚੀਜ਼ ਬਹੁਤ ਘੱਟ ਗਈ ਹੈ। ਲਗਭਗ ਆਪਾਂ ਟਰਾਲੀ ਭਰ ਲਈ ਹੈ, ਸੋ ਇਸ ਨੂੰ ਖਿੱਚਦੇ ਹਾਂ ਬਾਹਰ। ਇਕੱਲੇ ਟਰੈਕਟਰ ਤੋਂ ਤਾਂ ਇਹ ਬਾਹਰ ਨਹੀਂ ਆਈ ਸੀਗੀ, ਸੋ ਵੀਡੀਓ 'ਚ ਤੁਸੀਂ ਦੇਖੋਗੇ ਅੱਗੇ ਆਪਾਂ ਇਸ ਨੂੰ ਹੋਰ ਟਰੈਕਟਰ ਪਾ ਕੇ ਫਿਰ ਖਿੱਚਾਂਗੇ। ਜਗ੍ਹਾ ਥੋੜ੍ਹੀ ਜਿਹੀ ਜ਼ਿਆਦਾ ਸੋਫਟ ਹੈ, ਇਸ ਕਰਕੇ ਟਰੈਕਟਰ ਸਲਿੱਪ ਕਾਫੀ ਦਿਖਾ ਰਿਹਾ। ਇਹ ਵੀਡੀਓ ਸ਼ੂਟ ਕਰਨ ਦੇ ਟਾਈਮ ਟਰੈਕਟਰ ਦੇ ਟਾਇਰ ਸਿੰਪਲ ਸੀਗੇ, ਜਿਵੇਂ ਕਿ ਪਹਿਲਾਂ ਤੁਸੀਂ ਇੱਕ 9/11 ਦੀ ਵੀਡੀਓ ਵੀ ਦੇਖੀ ਸੀ, ਉਹਦੇ ਵਿੱਚ ਵੀ ਉਸਦੇ ਟਾਇਰ ਦੀਆਂ ਗੁੱਡੀਆਂ ਘੱਟ ਸੀ। ਹੁਣ ਆਪਾਂ ਇਸ ਨੂੰ ਅਪਡੇਟ ਕਰ ਲਿਆ, ਇਸ ਤੋਂ ਬਾਅਦ ਵੀਡੀਓ ਪਾਵਾਂਗੇ ਇਸ ਦੀ ਪਰਫੋਰਮੈਂਸ ਦੀ, ਟਾਇਰ ਅਪਡੇਟ ਕਰਨ ਤੋਂ ਬਾਅਦ ਦੀ ਵੀ, ਉਹ ਹੌਲੀ ਹੌਲੀ ਵੀਡੀਓ ਇਸ ਚੈਨਲ 'ਤੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਸੋ ਆਪਾਂ 9/11 ਦੇ ਨਾਲ ਇਸ ਨੂੰ ਟੋਚ ਨੂੰ ਪਾ ਕੇ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ ਇਹ ਖਿੱਚ ਪਾਉਂਦਾ ਹੈ ਜਾਂ ਨਹੀਂ। ਜੇ ਨਾ ਖਿੱਚ ਪਾਇਆ ਤਾਂ ਫਿਰ ਇੱਕ ਹੋਰ ਟਰੈਕਟਰ ਪਾਵਾਂਗੇ ਇਸ ਨੂੰ। ਇਹ ਟਰੈਕਟਰ ਦੇ ਟਾਇਰ ਬਾਅਦ 'ਚ ਅਪਡੇਟ ਕਰੇ ਸੀਗੇ, ਇਸ ਲਈ ਇਹਦੇ ਇਸ ਵੀਡੀਓ ਦੇ ਵਿੱਚ ਥੋੜ੍ਹੀ ਸਲਿੱਪਿੰਗ ਦੀ ਦਿੱਕਤ ਤੁਹਾਨੂੰ ਦੇਖਣ ਨੂੰ ਮਿਲੇਗੀ। ਤੁਹਾਨੂੰ ਮੇਰੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਹਨ ਕਮੈਂਟ ਕਰਕੇ ਜ਼ਰੂਰ ਦੱਸਣਾ, ਅਗਰ ਕੋਈ ਵੀ ਸੁਝਾਅ ਹੋਵੇ ਮੇਰੇ ਲਈ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ। ਆਪਾਂ ਅੱਗੇ ਤੋਂ ਉਸ ਤੋਂ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ। ਟਰੈਕਟਰ ਵੀ ਕਾਫੀ ਸਲਿੱਪ ਦਿਖਾ ਰਹੇ ਆ, ਟਰਾਲੀ 'ਚ ਵਜ਼ਨ ਜ਼ਿਆਦਾ ਹੈ, ਹਾਲੇ ਤੱਕ ਤਾਂ ਖਿੱਚੀ ਨਹੀਂ ਜਾ ਰਹੀ। ਨੀਚੇ ਜਗ੍ਹਾ ਕਾਫੀ ਸੋਫਟ ਹੈ, ਇਸ ਕਰਕੇ ਸਲਿੱਪਿੰਗ ਬਹੁਤ ਆ ਰਹੀ ਹੈ। ਹੁਣ ਆਪਾਂ ਸਵਰਾਜ 855 ਨੂੰ ਇਹਨਾਂ ਦੇ ਨਾਲ ਲਾਵਾਂਗੇ ਤਾਂ ਤਿੰਨੇ ਟਰੈਕਟਰ ਰਲ ਕੇ ਖਿੱਚਣ ਦੀ ਕੋਸ਼ਿਸ਼ ਕਰਨਗੇ। ਮੇਨ ਹੈ ਹੁਣ ਟਰਾਲੀ ਖਿੱਚੀ ਜਾਊਗੀ। ਇਹ 855 ਮੇਰਾ ਸਭ ਤੋਂ ਪਹਿਲਾ ਮਾਡਲ ਹੈ ਜੋ ਕਿ ਇੰਨੇ ਜ਼ਿਆਦਾ ਵਰਕਿੰਗ ਫੰਕਸ਼ਨ ਦੇ ਵਿੱਚ ਬਣਾਇਆ ਗਿਆ ਸੀ। ਲਓ ਜੀ, ਤਿੰਨਾਂ ਟਰੈਕਟਰਾਂ ਨਾਲ ਰਲ ਕੇ ਇਸ ਟਰਾਲੇ ਨੂੰ ਬਾਹਰ ਕੱਢ ਲਿਆ। ਹੁਣ ਆਪਾਂ ਪਹਿਲਾਂ ਇਹਨਾਂ ਟਰੈਕਟਰਾਂ ਨੂੰ ਇੱਕ ਇੱਕ ਕਰਕੇ ਛੱਡ ਕੇ ਆਵਾਂਗੇ, ਉਸ ਤੋਂ ਬਾਅਦ ਟਰਾਲੇ ਵਾਲਾ ਟਰੈਕਟਰ ਲੈ ਕੇ ਜਾਵਾਂਗੇ। ਇਹ ਟਰੈਕਟਰ 12 ਵੋਲਟ ਬੈਟਰੀ ਜਾਂ ਫਿਰ 12 ਵੋਲਟ ਦੇ DC ਕਰੰਟ 'ਤੇ ਚੱਲਦੇ ਨੇ। ਚਾਹੇ ਤੁਸੀਂ ਬਾਈਕ ਦੀ ਬੈਟਰੀ ਯੂਜ਼ ਕਰ ਸਕਦੇ ਹੋ ਜਾਂ ਫਿਰ 12 ਵੋਲਟ ਦਾ ਟ੍ਰਾਂਸਫਾਰਮਰ ਦੀ DC ਆਊਟਪੁੱਟ 'ਤੇ ਆਪਾਂ ਇਹਨੂੰ ਚਲਾ ਸਕਦੇ ਹਾਂ। ਇਸ ਦੇ ਵਿੱਚ ਗੇਅਰ ਵਾਲੀਆਂ ਮੈਟਲ ਦੇ ਗੇਅਰ ਵਾਲੀਆਂ ਮੋਟਰਾਂ ਲਗਾਈਆਂ ਨੇ
ਤਾਂ ਜੋ ਸਲੀਪਿੰਗ ਦੀ ਦਿੱਕਤ ਨਾ ਆਵੇ। ਅਗਰ ਪਲਾਸਟਿਕ ਵਾਲੀਆਂ ਮੋਟਰਾਂ ਲਗਾਉਂਦੇ ਹਾਂ ਤਾਂ ਉਹ ਛੇਤੀ ਉਹਨਾਂ ਦੀਆਂ ਗਰਾਰੀਆਂ ਟੁੱਟ ਜਾਂਦੀਆਂ ਨੇ। ਆਪਾਂ ਉਹ ਵੀ ਟਰਾਈ ਕਰੀਆਂ ਸੀ ਬਟ ਉਹ ਕਾਮਯਾਬ ਨਹੀਂ ਹੋਈਆਂ। ਇਹ 855 ਟਰੈਕਟਰ, ਇਸ ਦੇ ਉੱਪਰ ਜੋ ਮਿਊਜ਼ਿਕ ਸਿਸਟਮ ਲੱਗਿਆ ਹੈ ਉਹ ਵੀ ਚੱਲਦਾ ਹੈ, ਬਟ ਕੋਪੀਰਾਈਟ ਕਲੇਮ ਦੇ ਕਰਕੇ ਆਪਾਂ ਕੋਈ ਵੀ ਸੌਂਗ ਉਸ 'ਤੇ ਚਲਾ ਕੇ ਵੀਡੀਓ ਨਹੀਂ ਪਾਈ। ਬਟ ਇਸ ਦੇ ਵਿੱਚ ਪੈਨ ਡਰਾਈਵ ਜਾਂ ਫਿਰ ਡਾਟਾ ਕੇਬਲ ਜਾਂ ਸਿੱਧਾ ਡਾਇਰੈਕਟ SD ਕਾਰਡ ਦੇ ਨਾਲ ਵੀ ਇਹ ਚੱਲ ਜਾਂਦਾ। ਸੋ ਆਪਾਂ ਇਸ ਨੂੰ ਪਾਰਕ ਕਰ ਦਿੱਤਾ, ਹੁਣ ਆਪਾਂ 911 ਨੂੰ ਵੀ ਲੈ ਕੇ ਜਾਵਾਂਗੇ, ਇਸ ਨੂੰ ਵੀ ਉਸ ਦੇ ਨੇੜੇ ਹੀ ਪਾਰਕ ਕਰਕੇ ਆਵਾਂਗੇ। ਇਹਨਾਂ ਟਰੈਕਟਰਾਂ ਦੀ ਇਕੱਲੀ ਇਕੱਲੀ ਬ੍ਰੇਕ ਦਾ ਹੀ ਕੰਮ ਹੈਗਾ, ਇਕੱਲੀ ਇਕੱਲੀ ਬ੍ਰੇਕ ਵੀ ਲੱਗਦੀ ਹੈ। ਜਿੱਦਾਂ ਇੱਕ ਬ੍ਰੇਕ ਲਾ ਕੇ ਟਰੈਕਟਰ ਘੁਮਾਉਣਾ ਹੋਵੇ, ਥੋੜ੍ਹੀ ਜਗ੍ਹਾ ਦੇ ਵਿੱਚ ਮੋੜਨਾ ਹੋਵੇ, ਲਗਭਗ ਸਾਰੇ ਹੀ ਫੀਚਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਦਾਂ ਇੱਕ ਅਸਲ ਟਰੈਕਟਰ ਦੇ ਹੁੰਦੇ ਨੇ। ਜਿੱਦਾਂ ਕਿ ਪਾਵਰ ਸਟੇਅਰਿੰਗ, ਸਿੰਗਲ ਸਿੰਗਲ ਬ੍ਰੇਕ, ਰਿਵਰਸ PTO ਜਾਂ ਫਿਰ ਪਿੱਛੇ ਔਗਜ਼ਿਲਰੀ ਵਾਲਵ, ਜਿੱਦਾਂ ਕੰਪਿਊਟਰ ਕਿਰਾਇਆ ਜਾਂ ਫਿਰ ਕੋਈ ਵੀ ਪਿੱਛੇ ਇੰਪਲੀਮੈਂਟ ਪਾਉਣ ਲਈ ਟਰਾਲੀ ਵਗੈਰਾ ਦੇ ਲਈ। ਲਿਫਟ ਵੀ ਇਹਨਾਂ ਦੀ ਦੋਨੋਂ ਸਾਈਡ ਕੰਮ ਕਰਦੀ, ਉੱਪਰ ਨੂੰ ਵੀ ਅਤੇ ਨੀਚੇ ਨੂੰ ਵੀ। ਤੁਸੀਂ ਦੇਖ ਸਕਦੇ ਇਸ ਨੂੰ ਆਪਾਂ ਬ੍ਰੇਕ 'ਤੇ ਘੁਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਗ੍ਹਾ ਹਾਰਡ ਹੋਣ ਦੇ ਕਰਕੇ ਬ੍ਰੇਕ ਥੋੜ੍ਹੀ ਜਿਹੀ ਘੱਟ ਲੱਗਦੀ ਹੈ। ਹੁਣ ਆਪਾਂ ਮੇਨ ਜੋ ਟਰਾਲੇ ਵਾਲਾ ਟਰੈਕਟਰ ਇਸ ਨੂੰ ਲੈ ਕੇ ਜਾਂਦੇ ਹਾਂ। ਇਸ ਤੋਂ ਬਾਅਦ ਆਪਾਂ ਜਿੱਦਾਂ ਜਿੱਦਾਂ ਟਾਈਮ ਲੱਗਦਾ ਹੈ ਹੋਰ ਵੀਡੀਓ ਵੀ ਬਣਾ ਕੇ ਇਸ ਚੈਨਲ 'ਤੇ ਜਲਦੀ ਤੋਂ ਜਲਦੀ ਪਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ, ਤਾਂ ਜੋ ਤੁਹਾਨੂੰ ਵੱਧ ਤੋਂ ਵੱਧ ਵੀਡੀਓਸ ਮਿਲ ਸਕਣ। ਤੁਸੀਂ ਬਸ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੀਡੀਓ ਕਾਫੀ ਜਣਿਆਂ ਤੱਕ ਪਹੁੰਚ ਸਕੇ। ਜਿੰਨਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋਗੇ ਚੈਨਲ ਉਨੀ ਛੇਤੀ ਗਰੋ ਕਰੂਗਾ। ਇਹ ਵੀਡੀਓ ਪਹਿਲਾਂ ਬਣਾ ਲਈ ਸੀ, ਇਸ ਤੋਂ ਬਾਅਦ ਇਸ ਟਰੈਕਟਰ ਦੇ ਟਾਇਰ ਨੂੰ ਵੀ ਅਪਡੇਟ ਕਰ ਦਿੱਤਾ, ਇਸ ਦੇ ਵਿੱਚ ਵੀ ਗੁੱਡੀਆਂ ਵੱਡੀਆਂ ਪਾ ਦਿੱਤੀਆਂ ਨੇ, ਹੁਣ ਇਸ ਦੀ ਸਲਿਪਿੰਗ ਪਹਿਲਾਂ ਨਾਲੋਂ ਘੱਟ ਗਈ ਹੈ। ਆਪਣੇ ਕੋਲ ਇੱਕ ਜੋਨ ਡੀਅਰ ਦਾ ਜੋ ਫੋਰਨ ਕੰਟਰੀ ਦੇ ਵਿੱਚ ਚੱਲਦਾ ਹੈ ਚੈਨ ਵਾਲਾ ਟਰੈਕਟਰ ਉਹ ਵੀ ਹੈ, ਉਸ ਦੀ ਵੀਡੀਓ ਵੀ ਬਣਾਉਣ ਦੀ ਕੋਸ਼ਿਸ਼ ਜਲਦੀ ਕੀਤੀ ਜਾਏਗੀ। ਵੈਸੇ ਉਸ ਦੀਆਂ ਕੁਛ ਵੀਡੀਓਜ਼ ਬਣਾਈਆਂ ਹੋਈਆਂ ਨੇ, ਤੁਸੀਂ ਚੈਨਲ 'ਤੇ ਜਾ ਕੇ ਪਿਛਲੀਆਂ ਵੀਡੀਓਜ਼ ਦੇ ਵਿੱਚ ਉਸ 'ਤੇ ਦੇਖ ਸਕਦੇ ਹੋ। ਉਸ ਦੀਆਂ ਹੋਰ ਵੀਡੀਓ ਵੀ ਸ਼ੂਟ ਕੀਤੀਆਂ ਜਾਣਗੀਆਂ ਜਿੱਦਾਂ ਹੀ ਟਾਈਮ ਲੱਗਦਾ। ਇਹਨਾਂ ਸਾਰਿਆਂ ਟਰੈਕਟਰਾਂ ਦੇ ਵਿੱਚ ਸਭ ਤੋਂ ਵੱਧ ਪਾਵਰ ਵਾਲਾ ਟਰੈਕਟਰ ਸੋਨਾਲੀਕਾ 90 ਹੈ, ਉਸਦੀ ਵੀਡੀਓ ਵੀ ਜਲਦੀ ਪਾਈ ਜਾਏਗੀ। ਡੋਲੂ ਕਰਾਈ 'ਤੇ ਸਭ ਤੋਂ ਵੱਧ ਕਾਮਯਾਬ ਟਰੈਕਟਰ ਉਹੀ ਹੈ ਜੋ ਵੀ ਇਹ ਟਰੈਕਟਰ ਬਣਾਏ ਇਹਨਾਂ ਸਾਰਿਆਂ ਦੇ ਵਿੱਚੋਂ। ਬਾਕੀ 911 ਦੇ ਨਾਲ ਡੋਲੂ ਕਰਾਈ ਦੀ ਵੀਡੀਓ ਤੁਸੀਂ ਦੇਖ ਚੁੱਕੇ ਹੋ, ਆਪਾਂ ਸੋਨਾਲੀਕਾ ਦੇ ਨਾਲ ਵੀ ਡੋਲੂ ਕਰਾਈ ਦੀ ਵੀਡੀਓ ਅਤੇ ਰੋਟਾਵੇਟਰ ਦੇ ਨਾਲ ਵੀ ਅਤੇ ਵੱਡਾ ਤਵੀਆਂ ਦਾ ਸੈੱਟ ਜੋ ਪਾਵਰ ਵਾਲਾ ਹੈ ਉਸ ਦੇ ਨਾਲ ਵੀ ਜਲਦੀ ਹੀ ਪਾਵਾਂਗੇ। ਮੇਨ ਤਾਂ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਹੋਣਗੀਆਂ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਪੂਰੀ ਦੇਖਣ ਲਈ।
इस नूं वध तों वध शेयर करो, लाइक करो, चैनल नूं सबसक्राइब करो। बहुत बहुत थैंक यू तुहाडा सभ दा।